ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਮੋਬਾਈਲ ਆ ਇਹਨੂੰ ਇਹਦੇ ਵਿੱਚ ਦੀ ਕੱਢੋ, ਸਕੈਨਰ ਦੇ ਵਿੱਚ ਦੀ ਇਹਨੂੰ ਰੱਖੋ ਇਹਦੇ 'ਚ। ਇੱਥੋਂ ਜਿਹੜੀ ਆ ਤੂੰ ਤੂੰ ਮੈਂ ਹੋਈ ਆ ਤੇ ਫਿਰ ਇਹ ਗੱਲਬਾਤ ਜਿਹੜੀ ਗਾੜੀ ਵਧੀ। ਕੰਗਣਾ ਰਣੌਤ ਜੀ ਵੱਲੋਂ ਇਹ ਕਿਹਾ ਗਿਆ ਵੀ ਕੌਰ ਖਾਲਿਸਤਾਨੀ, ਕੰਗਣਾ ਰਣੌਤ ਦੇ ਉੱਤੇ ਵੀ ਜਿਹੜੀ ਆ ਉਹ FIR ਜਿਹੜੀ ਹੋਣੀ ਚਾਹੀਦੀ। ਸ਼ੇਰ ਸਿੰਘ ਮੈਂ ਜੋ ਕਿ ਕੁਲਵਿੰਦਰ ਕੌਰ ਦੇ ਬ੍ਰਦਰ ਨੇ, ਸਰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਆ ਔਰ ਇੱਕ ਸੋਸ਼ਲ ਮੀਡੀਆ 'ਤੇ ਜਿਹੜੀ ਇਹ ਗੱਲਬਾਤ ਉੱਠੀ ਕਿ ਜਿਹੜਾ ਥੱਪੜ ਮਾਰਿਆ ਗਿਆ? ਦੇਖੋ ਜੀ, ਗੱਲ ਤਾਂ ਥੱਪੜ ਦੀ ਆਉਂਦੀ ਆ ਬਾਰ ਬਾਰ ਕਿ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਵਾ ਥੱਪੜ ਮਾਰਿਆ ਗਿਆ। ਦਰਅਸਲ ਉਹ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਦੀ ਉੱਥੇ ਡਿਊਟੀ ਆ ਤੇ ਡਿਊਟੀ 'ਤੇ ਅਫਸਰ ਜਿਹੜਾ ਉਹ ਤੈਨਾਤ ਆ। ਮੰਨ ਲਓ ਵੀ ਜਦੋਂ ਸਾਡੀ ਆਮ ਬੰਦੇ ਦੀ ਜਿਹੜੀ ਆ ਉਹ ਸਾਰੀ ਚੈਕਿੰਗ ਹੁੰਦੀ ਆ ਤੇ ਜਿਹੜੇ ਖਾਸ ਬੰਦੇ ਉਹਨਾਂ ਨੂੰ ਉੱਦਾਂ ਨਹੀਂ ਕੱਢਿਆ ਜਾ ਸਕਦਾ, ਕੀ ਪਤਾ ਲੱਗਦਾ ਕਿ ਕਦੋਂ ਖਾਸ ਬੰਦੇ ਦੀ ਨੀਅਤ ਜਿਹੜੀ ਆ ਉਹ ਬਦਨੀਅਤ ਹੋ ਜੇ, ਉਹਦਾ ਜ਼ਿੰਮੇਵਾਰ ਕੌਣ ਆ? ਇਸੇ ਨੂੰ ਲੈ ਕੇ ਜਦੋਂ ਕੁਲਵਿੰਦਰ ਕੌਰ ਆਪਣੀ ਡਿਊਟੀ 'ਤੇ ਖੜੇ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਮੋਬਾਈਲ ਆ ਇਹਨੂੰ ਇਹਦੇ ਵਿੱਚ ਦੀ ਕੱਢੋ, ਸਕੈਨਰ ਦੇ ਵਿੱਚ ਦੀ ਇਹਨੂੰ ਰੱਖੋ ਇਹਦੇ 'ਚ। ਇੱਥੋਂ ਜਿਹੜੀ ਆ ਤੂੰ ਤੂੰ ਮੈਂ ਹੋਈ ਆ ਤੇ ਫਿਰ ਇਹ ਗੱਲਬਾਤ ਜਿਹੜੀ ਗਾੜੀ ਵਧੀ ਆ। ਜੀ, ਗੱਲ ਕਰ ਲਈਏ ਕੁਲਵਿੰਦਰ ਕੌਰ ਹੁਣੀ ਕਦੋਂ ਤੋਂ ਡਿਊਟੀ ਕਰ ਰਹੇ ਨੇ ਔਰ ਉਹਨਾਂ ਦਾ ਕੋਈ ਹੋਰ ਵੀ ਪਰਿਵਾਰਿਕ ਮੈਂਬਰ ਵੀ ਡਿਊਟੀ ਕਰਦੇ ਨੇ? ਦੇਖੋ ਜੀ, ਘੱਟੋ ਘੱਟ 15-16 ਸਾਲ ਤੋਂ ਡਿਊਟੀ ਕਰ ਰਹੇ ਆ। ਉਹਦੇ ਨਾਲ ਨਾਲ ਸਾਡੇ ਮੇਰੇ ਚਾਚੇ ਤਾਏ 5 ਜਿਹੜੇ ਆ ਉਹ ਫੌਜ ਦੇ ਵਿੱਚ ਰਹੇ ਆ, ਕੈਪਟਨ ਰਿਟਾਇਰ ਵੀ ਹੋਏ ਆ, ਸੂਬੇਦਾਰ ਵੀ ਆਏ ਆ, 65 ਔਰ 71 ਦੀ ਲੜਾਈ ਵੀ ਲੜੀ ਆ। ਮੇਰਾ ਦਾਦਾ ਵੀ ਜਿਹੜਾ ਵਾ ਉਹ ਵੀ ਜ਼ਿੰਮੇਦਾਰ ਜਿਹੜਾ ਫੌਜੀ ਆਏ ਆ। ਇਹ ਨਹੀਂ ਗੱਲ ਹੈਗੀ ਵੀ ਸਾਡਾ ਕੋਈ ਪਹਿਲਾ ਜਿਹੜੇ ਆ ਉਹ ਭਰਤੀ ਹੋਏ ਆ ਭੈਣ ਸਾਡੀ, ਇਹ ਤੋਂ ਪਹਿਲਾਂ ਵੀ ਜਿਹੜੇ ਆ ਉਹ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਆ। ਔਰ ਜਿਵੇਂ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਕਿ ਖਾਲੀ ਸਿੰਘ ਮਤਲਬ ਹੁਣ ਤੁਹਾਨੂੰ ਵੀਰ ਹੋਣੀ ਵੀ ਵਿਖਾਉਂਦੇ ਸੀ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿਹੜਾ ਹੁਣ ਜਿਹੜਾ ਗੱਲ ਚੱਲ ਰਹੀ ਆ ਵੀ ਇੱਕ ਅਫਸਰ ਨੇ ਜਿਹੜਾ ਉਹ ਕਿਹਾ ਵਾ ਵੀ ਕੰਗਣਾ ਰਣੌਤ ਜੀ ਵੱਲੋਂ ਇਹ ਕਿਹਾ ਗਿਆ ਵੀ ਕੌਰ ਖਾਲਿਸਤਾਨੀ, ਇਹ ਬਿਲਕੁਲ ਜਿਹੜਾ ਬਿਆਨ ਆ ਇਹ ਦੇਸ਼ ਦੇ ਵਿੱਚ ਜਿਹੜਾ ਵਾ ਭੜਕਾਊ ਬਿਆਨ ਆ, ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਿਹੜਾ ਵਾ ਭੰਗ ਕਰਨ ਵਾਲਾ ਬਿਆਨ ਆ ਤੇ ਜੇ ਕੰਗਣਾ ਰਣੌਤ ਦੇ ਉੱਤੇ ਵੀ ਜਿਹੜੀ ਆ ਉਹ FIR ਜਿਹੜੀ ਹੋਣੀ ਚਾਹੀਦੀ। ਜੇ ਗੱਲ ਕਰ ਲਈਏ ਤਾਂ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਵੀ ਜਿਹੜਾ ਉੱਥੇ ਡਿਊਟੀ ਕਰਦੇ ਨੇ? ਹਾਂਜੀ, ਉਹ ਵੀ ਉੱਥੇ ਡਿਊਟੀ ਕਰਦੇ ਆ, ਉਹਨਾਂ ਨਾਲ ਮੇਰੀ ਕੱਲ ਹੋਈ ਸੀ ਗੱਲ ਤੇ ਠੀਕ ਆ, ਬੱਚੇ ਅਸੀਂ ਜਿਹੜੇ ਉਹ ਲੈ ਜਾਂਦੇ ਆ, ਬੱਚੇ ਸਾਡੇ ਕੋਲ ਆ ਤੇ ਕੁਲਵਿੰਦਰ ਕੌਰ ਜਿਹੜੀ ਆ ਉਹ ਇਸ ਟਾਈਮ ਆਪਣੇ ਮਹਿਕਮੇ ਦੀ ਜਿਹੜੀ ਕਸਟਡੀ ਦੇ ਵਿੱਚ। ਲਾਸਟ ਗੱਲਬਾਤ ਹੋਈ ਕੁਲਵਿੰਦਰ ਕੌਰ? ਨਹੀਂ ਜੀ, ਮੇਰੀ ਨਹੀਂ ਕੋਈ ਉਹਨਾਂ ਨਾਲ ਐਡੀ ਗੱਲਬਾਤ ਨਹੀਂ ਹੋਈ। ਕੱਲ ਹੋਈ ਸੀ? ਨਹੀਂ, ਕੱਲ ਵੀ ਨਹੀਂ ਹੋਈ, ਮੇਰੀ ਭਾਜੀ ਨੇ ਗੱਲ ਹੋਈ ਆ, ਉਹਨਾਂ ਨਾਲ ਨਹੀਂ ਮੇਰੀ ਗੱਲ ਹੋਈ, ਉਹਨਾਂ ਨਾਲ ਕੋਈ ਗੱਲ ਨਹੀਂ ਹੋਈ। ਨਹੀਂ, ਬਿਲਕੁਲ ਅੰਮ੍ਰਿਤਪਾਲ ਸਿੰਘ ਹੋਣਾ ਦੇ ਸਮਰਥਕ ਵੀ ਜਿਹੜੇ ਇੱਥੇ ਪਹੁੰਚੇ ਨੇ ਭਾਜੀ, ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੀ ਜਿਹੜਾ ਗੱਲਬਾਤ ਹੋਈ ਉੱਥੇ ਏਅਰਪੋਰਟ ਤੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜੋ ਕੁਝ ਵੀ ਉੱਥੇ ਵਾਪਰਿਆ, ਤੁਸੀਂ ਕੰਗਣਾ ਰਣੌਤ ਦੀ ਪਿੱਛੇ ਵੀ ਜਿਹੜੀ ਬਿਆਨਬਾਜ਼ੀ ਹੋਈ ਆਪਾਂ ਸਾਰਿਆਂ ਨੂੰ ਪਤਾ ਵੀ ਉਹ ਹਮੇਸ਼ਾ ਹੀ ਪੰਜਾਬ ਦੇ ਉਲਟ ਭੁਗਤਦੀ ਆਈ ਆ, ਖਾਸ ਕਰਕੇ ਕਿਸਾਨੀ ਨੂੰ ਉਹਨੇ ਬਹੁਤ ਟਾਰਗੇਟ ਕੀਤਾ, ਕਿਸਾਨਾਂ ਦੇ ਉਲਟ ਚੱਲੀ ਹੈ ਬਕਾਇਦਾ। ਉਦੋਂ ਜਦੋਂ ਸਾਡੇ ਸਿੰਗਰ ਭਾਈਚਾਰੇ ਨੇ ਵੀ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ, ਜਵਾਬ ਵੀ ਦਿੰਦੇ ਰਹੇ, ਤੇ ਹੁਣ ਵੀ ਜਿਹੜੀ ਕੰਗਣਾ ਰਣੌਤ ਸੀ ਲਗਾਤਾਰ ਉਹ ਕਿਸਾਨਾਂ ਦੇ ਉਲਟ ਤੇ ਮੁਕਤੀ ਦੇ ਹੱਕ ਦੇ ਵਿੱਚ ਭੁਗਤਦੀ ਆਈ ਹੈ। ਸੋ ਉੱਥੇ ਮੈਂ ਇਹ ਗੱਲ ਸਮਝਦਾ ਵੀ ਕਿਸਾਨ ਦੀ ਧੀ ਸੀ, ਉਹਨੇ ਆਪਣੀ ਡਿਊਟੀ ਨਿਭਾਈ ਹੈ, ਉਹਨੇ ਚੈਕਿੰਗ ਕਰਨ ਵਾਸਤੇ ਕਿਹਾ ਵਾ, ਇਹਦੇ ਮਨ ਦੇ ਵਿੱਚ ਸੱਤਾ ਦਾ ਹੰਕਾਰ ਸੀ ਵੀ ਮੈਂ MP ਬਣ ਗਈ ਹਾਂ ਤੇ ਮੇਰੇ ਪਿੱਛੇ BJP ਸਰਕਾਰ ਖੜੀ ਆ, ਮੇਰੇ ਪਿੱਛੇ ਇੱਕ ਸੱਤਾ ਦੀ ਤਾਕਤ ਖੜੀ ਆ। ਉਹ ਹੰਕਾਰ ਨੂੰ ਲੈ ਕੇ ਉਹ ਕਹਿੰਦੀ ਵੀ ਮੈਂ ਨਾ ਆਪਣੇ ਪਰਸ ਦੀ ਚੈਕਿੰਗ ਕਰਾਉਣੀ ਆ ਨਾ ਉਹ ਚੈਕਿੰਗ ਕਰਾਉਣੀ ਆ, ਤੇ ਉਹ ਪੰਜਾਬ ਦੀ ਧੀ ਸੀ ਵੀ ਉਹਨੇ ਕਿਹਾ ਵੀ ਮੈਂ ਇਹਦੇ ਆਪਣੀ ਬਖੂਬੀ ਜਿਹੜੀ ਡਿਊਟੀ ਨਿਭਾ ਰਹੀ ਹਾਂ, ਤੁਸੀਂ ਚੈਕਿੰਗ ਜੇ ਕਰਵਾਓਗੇ ਤਾਂ ਅੱਗੇ ਲੰਘਣ ਦੇਵਾਂਗੇ। ਸੋ ਉੱਥੇ ਤੂੰ ਤੂੰ ਮੈਂ ਦੇ ਵਿੱਚ ਇਹਨੇ ਜਿਹੜੇ ਅਪ ਸ਼ਬਦ ਆ ਉਹ ਭੈਣ ਕੁਲਵਿੰਦਰ ਕੌਰ ਨੂੰ ਜੋ ਸੁਣਨ ਦੇ ਵਿੱਚ ਆਇਆ ਉਹ ਬੋਲੇ ਆ, ਤੇ ਜਿਹੜੇ ਖਾਸ ਕਰਕੇ ਪੰਜਾਬ ਦੀ ਜਿਹੜੀ ਧੀ ਹੈ ਨਾ, ਪੰਜਾਬ ਦੀ ਜਿਹੜੀ ਅਣਖੀ ਧੀ ਹੈ, ਅਣਖ ਤੇ ਗੈਰਤ ਰੱਖਣ ਵਾਲੀ ਧੀ ਹੈ, ਉਹ ਕਦੀ ਵੀ ਆਪਣੇ ਕਿਸਾਨਾਂ ਦੇ ਖਿਲਾਫ, ਆਪਣੇ ਸੱਭਿਆਚਾਰ ਦੇ ਖਿਲਾਫ ਉਹ ਅਪ ਸ਼ਬਦ ਨਹੀਂ ਸੁਣ ਸਕਦੀ। ਸੋ ਜੋ ਕੁਝ ਉਹਨੇ ਉੱਥੇ ਉਹ ਗਲਤ, ਕਿਉਂਕਿ ਅੱਗੇ ਵੀ ਇਹਨੇ ਸ਼ਬਦਾਂ ਦੇ ਉੱਪਰ ਆਪਣੇ ਕੰਟਰੋਲ ਨਹੀਂ ਰੱਖਿਆ,
ਤੇ ਇਹਨੇ ਪਹਿਲ ਇਹਨੇ ਕੀਤੀ ਹੋਊਗੀ ਤੇ ਜੋ ਕੁਝ ਵੀ ਇਹਨੇ ਮਾੜਾ ਉੱਥੇ ਕਿਹਾ ਤੇ ਉਹਦਾ ਰੋਜ਼ਾਨਾ ਇਹਨੂੰ ਭੁਗਤਣਾ ਵੀ ਪਿਆ। ਅੱਜ ਜਿਵੇਂ ਤੁਸੀਂ ਇੱਕ ਵੀ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ, ਜਿਵੇਂ ਵੀਰ ਹੋਣੀ ਵੀ ਦੱਸਦੇ ਕਿ ਖਾਲਿਸਤਾਨੀ ਸਮਰਥਕ ਦੇ ਨਾਂ ਤੋਂ ਉਹਨਾਂ ਨੂੰ ਬੁਲਾਇਆ ਜਾ ਰਿਹਾ, ਔਰ ਜੋ ਬਿਆਨ ਜਿਹੜਾ ਉੱਥੇ ਆਪਣੇ ਕੁਲਵਿੰਦਰ ਕੌਰ ਹੋਰਾਂ ਵੱਲੋਂ ਆਇਆ ਕਿ 100-100 ਰੁਪਏ ਦੇ ਲੈ ਕੇ ਜਿਹੜਾ ਕੰਗਨਾ ਰਨੌਤ ਵੱਲੋਂ ਟਵੀਟ ਕੀਤਾ ਗਿਆ ਸੀ, ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਜਿਹੜਾ ਇਹ ਮੇਰੇ ਹਿਸਾਬ ਦੇ ਨਾਲ ਕਿ ਹਰੇਕ ਗੱਲ ਦੇ ਉੱਪਰ ਇੱਕ ਟਾਰਗੇਟ ਕਰਨਾ, ਇੱਕ ਆਮ ਧੀ ਹੈ, ਇੱਕ ਆਮ ਘਰ ਦੀ ਉਹ ਨੌਜਵਾਨ ਧੀ ਹੈ, ਉਹਨੂੰ ਇਹ ਟਾਰਗੇਟ ਇਹਨਾਂ ਸ਼ਬਦਾਂ ਦੇ ਨਾਲ ਕਰਨਾ। ਵੇਖੋ ਸ਼ਬਦ ਸਾਡੇ ਵਾਸਤੇ ਸਤਿਕਾਰਤ ਸ਼ਬਦ ਨੇ, ਕੋਈ ਮਾੜੇ ਸ਼ਬਦ ਨਹੀਂ। ਜੇਕਰ ਕੋਈ ਖਾਲਸਾ ਰਾਜ ਦੀ ਆਪਾਂ ਗੱਲ ਕਰਦੇ ਹਾਂ, ਅਸੀਂ ਖੁਦ ਉਸ ਵਧੀਆ ਰਾਜ ਦੀ ਗੱਲ ਕਰਦੇ ਹਾਂ, ਉਹ ਕੋਈ ਰਾਜ ਮਾੜੀ ਗੱਲ ਨਹੀਂ। ਤੇ ਉਸ ਧੀ ਨੇ ਉੱਥੇ ਆਪ ਹੀ ਭੈਣ ਕੁਲਵਿੰਦਰ ਕੌਰ ਜੀ ਉਹਨਾਂ ਨੇ ਕਹਿਤਾ ਸੀ ਵੀ ਇਹ ਉਹ ਕੰਗਣਾ ਰਨੌਤ ਹੈ ਜਿਹਨੇ ਸਾਡੀਆਂ ਮਾਵਾਂ ਨੂੰ 100-100 ਰੁਪਏ ਦੀ ਦਿਹਾੜੀ ਤੇ ਗਿਆ। ਤੇ ਇਹ ਵੀ ਗੱਲ ਕਹੀ ਹੈ ਭੈਣ ਕੁਲਵਿੰਦਰ ਕੌਰ ਨੇ ਵੀ, ਇੱਕ ਉਹਨਾਂ ਦੇ ਵਿੱਚੋਂ ਮੇਰੀ ਮਾਂ ਵੀ ਸ਼ਾਮਿਲ ਸੀ ਵੀ ਅਸੀਂ ਤੈਨੂੰ 100 ਰੁਪਏ ਦਿਹਾੜੀ ਦਿੰਦੇ ਹਾਂ ਤੂੰ ਕਰਕੇ ਵਿਖਾ। ਸੋ ਉੱਥੇ ਜਿਹੜੀ ਜਿਹੜਾ ਜਵਾਬ ਦਿੱਤਾ ਵਾ, ਮੈਂ ਤੇ ਕਹਿੰਦਾ ਵੀ ਉਹਨੇ ਅਣਖ ਤੇ ਗੈਰਤ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀ ਜਿੱਥੇ ਉਹਨੇ ਇੱਕ ਸਰਕਾਰੀ ਡਿਊਟੀ ਸਮਝਦਿਆਂ ਹੋਇਆਂ ਉੱਥੇ ਚੈਕਿੰਗ ਵਾਲਾ ਲਾ ਲਓ ਜਾਂ ਇੱਕ ਪੰਜਾਬ ਤੇ ਕਿਸਾਨ ਦੀ ਧੀ ਦਾ ਫਰਜ਼ ਸਮਝਦਿਆਂ ਹੋਇਆਂ ਉਹਨੇ ਦੋਵੇਂ ਜਵਾਬ ਉੱਥੇ ਠੋਕ ਕੇ ਦਿੱਤੇ ਆ। ਅਸੀਂ ਉਹਦੀ ਸ਼ਲਾਘਾ ਕਰਦੇ ਹਾਂ ਤੇ ਭੈਣ ਕੁਲਵਿੰਦਰ ਕੌਰ ਦੇ ਨਾਲ ਸਾਡੀ ਸਮੁੱਚੀ ਟੀਮ ਖੜੀ ਆ, ਪੂਰਾ ਪੰਥ ਖੜਾ, ਪੂਰਾ ਕੌਮ, ਪੂਰੀ ਪੰਜਾਬ ਤੇ ਪੰਜਾਬ ਦੀ ਕਿਸਾਨੀ, ਹਰਿਆਣੇ ਦੀ ਕਿਸਾਨੀ ਸਾਰੇ ਨਾਲ ਖੜਾ ਭਾਈਚਾਰਾ। ਤੇ ਇਹ ਮਤਾ ਸਮਝਣਾ ਵੀ ਉੱਥੇ ਜੇਕਰ ਮਗਰ ਇੱਕ ਬੀਜੇਪੀ ਦੀ ਸੱਤਾ ਦੀ ਤਾਕਤ ਹੈ ਤੇ ਇਹਦੇ ਭੈਣ ਕੁਲਵਿੰਦਰ ਕੌਰ ਦੇ ਪਿੱਛੇ ਨਹੀਂ ਕੋਈ ਹੈਗਾ। ਇਹ ਤੁਸੀਂ ਦੇਖ ਲਓ ਅੱਜ ਵੀ ਉਹਨਾਂ ਦੇ ਗ੍ਰਹਿ ਵਿਖੇ ਸਾਰੀ ਸੰਗਤ ਪਹੁੰਚੀ ਹੋਈ ਹੈ ਤੇ ਅੱਗੇ ਵਾਸਤੇ ਵੀ ਇਹ ਸਾਰਾ ਅਸੀਂ ਸਾਥ ਦੇਵਾਂਗੇ, ਡਟ ਕੇ ਜਿੱਥੇ ਵੀ ਪਹਿਰਾ ਲਾਉਣਾ ਪਊਗਾ ਲਾਵਾਂਗੇ। ਤੇ ਇੰਨੀਆਂ ਬੇਨਤੀਆਂ। ਬਿਲਕੁਲ, ਇਹ ਸਨ ਪਰਿਵਾਰ ਔਰ ਜਿਹੜੇ ਅਮਰਿਤਪਾਲ ਸਿੰਘ ਹੋਣਾ ਦੇ ਸਮਰਥਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ। ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਕੁਲਵਿੰਦਰ ਕੌਰ ਹੋਣਾ ਦੇ ਪੇਕੇ ਘਰ ਦੀ ਤਸਵੀਰ ਹੈ, ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਕੁਲਵਿੰਦਰ ਕੌਰ ਉਹਨਾਂ ਦੇ ਪਤੀ ਔਰ ਦੋ ਬੱਚੇ ਜਿਹੜੇ ਨੇ ਉੱਥੇ ਰਹਿੰਦੇ ਨੇ, ਔਰ ਇਸ ਵਕਤ ਜਿਹੜਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਉਸ ਦੇ ਨਾਲ ਅਮਰਿਤਪਾਲ ਸਿੰਘ ਹੋਣਾ ਸਮਰਥਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਹੌਸਲਾ ਅਫਜਾਈ ਜਿਹੜੀ ਹੈ ਕੁਲਵਿੰਦਰ ਕੌਰ ਉਹਨਾਂ ਦੀ ਕਰ ਰਹੇ ਨੇ, ਔਰ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਘਰ ਦੀਆਂ ਤਸਵੀਰਾਂ ਨੇ ਜੋ ਕਿ ਕੁਲਵਿੰਦਰ ਕੌਰ ਹੋਣੀ ਜਿਹੜੇ ਨੇ ਇੱਥੇ ਰਹਿੰਦੇ ਰਹੇ ਨੇ। ਹਾਲਾਂਕਿ ਪਿੰਡ ਭੈਣ ਢਾਏ ਵੱਲ ਚ ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਪਰਿਵਾਰ ਜਿਹੜੇ ਸੀ ਚਾਚੇ ਤਾਏ ਜਿਹੜੇ ਸੀ ਉੱਥੇ ਰਹਿੰਦੇ ਸੀ, ਔਰ ਉਸ ਤੋਂ ਬਾਅਦ ਜਿਹੜੇ ਸੀ ਇੱਥੇ ਸੁਲਤਾਨਪੁਰ ਲੋਧੀ ਦੇ ਪਿੰਡ ਮਾਹੀਵਾਲ ਚ ਸ਼ਿਫਟ ਹੋ ਗਏ ਸੀ, ਹੁਣ ਜਿਹੜੇ ਸੀ ਇੱਥੇ ਰਹਿ ਰਹੇ ਸੀ। ਸੁਲਤਾਨਪੁਰ ਲੋਧੀ ਤੋਂ ਸਿਧਾਰਥ ਅਰੋੜਾ, ਨਿਊਜ਼ 18।